ਅੱਜ ਆਪਾਂ ਗੱਲ ਕਰਦੇ ਹਾਂ ਯੂਰੀਆ ਪਾਉਣ ਦਾ ਸਹੀ ਤਰੀਕਾ। ਇੰਟਰਨੈੱਟ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ, ਇੱਕ ਵੀਰ ਕਾਫੀ ਹੋਰ ਪਾਪੂਲਰ ਯੂਟਿਊਬ ਚੈਨਲ ਆ, ਵਧੀਆ ਸਲਾਹਾਂ ਦਿੰਦਾ ਕਿਸਾਨਾਂ ਨੂੰ। ਤਕਰੀਬਨ ਉਹਨੇ ਕਿਹਾ ਸੀਗਾ ਕਿ ਯੂਰੀਆ ਪਾਓ ਸੁੱਕੇ ਖੇਤਾਂ ਦੇ ਵਿੱਚ, ਯਾਨੀ ਕਿ ਜਦੋਂ ਯੂਰੀਆ ਪਾਉਣਾ ਖੇਤ ਵਿੱਚ ਪਾਣੀ ਨਾ ਹੋਵੇ ਤਾਂ ਇਹ ਪੂਰਾ ਅਸਰ ਕਰਦਾ। ਪਰ ਆਪਾਂ ਮੰਨ ਸਕਦੇ ਹਾਂ ਕਿ ਉਹਦੇ ਖੇਤ ਵਿੱਚ ਪਰਿਸਥਿਤੀਆਂ, ਜ਼ਮੀਨ ਦੀਆਂ ਪਰਿਸਥਿਤੀਆਂ ਹੋਰ ਹੋ ਸਕਦੀਆਂ, ਆਪਣੇ ਜ਼ਮੀਨ ਦੀਆਂ ਪਰਿਸਥਿਤੀਆਂ ਹੋਰ ਹੁੰਦੀਆਂ। ਕਿਉਂਕਿ ਆਪਣੇ ਜੇਕਰ ਖੇਤ ਵਿੱਚ ਜਿਵੇਂ ਕਿ ਪਾਣੀ ਭਰਿਆ ਹੋਇਆ ਹੈ, ਜੇਕਰ ਆਪਾਂ ਸੁੱਕੇ ਖੇਤ ਵਿੱਚ ਪਾਣੀ ਸੁਕਾ ਕੇ ਯੂਰੀਆ ਪਾਉਂਦੇ ਹਾਂ, ਉਹਦੇ ਕਹਿਣ ਅਨੁਸਾਰ ਘੱਟ ਅਸਰ ਕਰਦਾ ਹੈ। ਪਰ ਜੇਕਰ ਇੱਕ ਵਾਰੀ ਪਾਣੀ ਸੁਕਾ ਦਿੱਤਾ, ਖੇਤ ਨੂੰ ਹਵਾ ਲੱਗ ਗਈ, ਮੁੜ ਕੇ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਉਸ ਖੇਤ ਵਿੱਚ ਪਾਣੀ ਕਦੇ ਵੀ ਨਹੀਂ ਸਾਡੇ ਖੜ੍ਹਾ ਹੁੰਦਾ। ਇਹ ਤਕਰੀਬਨ ਹਰ ਇੱਕ ਨਾਲ ਹੋਵੇਗਾ, ਤਾਂ ਕਰਕੇ ਸਾਨੂੰ ਯੂਰੀਆ ਹਮੇਸ਼ਾ ਪਾਣੀ ਵਿੱਚ ਹੀ ਪਾਉਣਾ ਪੈਂਦਾ। ਅਤੇ ਤਕਰੀਬਨ 35 ਤੋਂ 40 ਦਿਨ, ਜਿੰਨੇ ਦਿਨ ਤੱਕ ਯੂਰੀਆ ਸਾਰਾ ਨਹੀਂ ਪੈਂਦਾ, ਉਨ੍ਹਾਂ ਟਾਈਮ ਤੱਕ ਪਾਣੀ ਖੜ੍ਹਾ ਹੀ ਰੱਖਣਾ ਪੈਂਦਾ, ਫਿਰ ਹੀ ਝੋਨਾ ਜ਼ਿਆਦਾ ਕਰਦਾ ਹੈ, ਜੋ ਸਭ ਤੋਂ ਵਧੀਆ। ਪਰ ਜੇਕਰ ਆਪਣੀ ਜ਼ਮੀਨ ਰੇਤਲੀ ਆ, ਉੱਥੇ ਐਟੋਮੈਟਿਕਲੀ ਹੀ ਪਾਣੀ ਸੁੱਕ ਜਾਂਦਾ, ਜਿਸ ਕਰਕੇ ਉਹਨਾਂ ਖੇਤਾਂ ਵਿੱਚ ਇਹ ਸਕੀਮ ਲਾਗੂ ਹੋ ਸਕਦੀ। ਬਾਕੀ ਥਾਵਾਂ 'ਤੇ ਜ਼ਰੂਰੀ ਨਹੀਂ ਕਿ ਇਹ ਵਧੀਆ ਹੋਵੇ। ਬਾਕੀ ਤੁਸੀਂ ਵੀ ਦੱਸਿਓ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ, ਤੁਹਾਨੂੰ ਸਹੀ ਤਰੀਕਾ ਕੀ ਲੱਗਦਾ। ਜੇਕਰ ਸੁੱਕੇ ਵਿੱਚ ਪਾਉਣਾ ਹੋਵੇ ਤਾਂ ਫਿਰ ਸਿੱਧੀ ਹੀ ਬਿਜਾਈ ਕੀਤੀ ਜਾਵੇ, ਉਹ ਜ਼ਿਆਦਾ ਕਾਮਯਾਬ ਰਹੇਗੀ।